वाहिगुरु जी का खालसा, श्री वाहिगुरु जी की फतेह। हाँ जी, मैं हरजीत कौर, अपने चैनल पर स्वागत है जी। असं सारे ठीक ठाक हाँ जी, वाहिगुरु जी की कृपा नाल तुसीं भी सारे ठीक होवोंगे। ठंड जिहड़ी बहुत है जी, बच्चों नूं बचा के रखो, आप बच के रखो, साडा चुल्हा बच के रहो। साडा चुल्हा जिहड़ा चली जांदा हैगा, चूल्हे को बचा के रखो, आप बच के रहो ठंड तो। ठंड कल असी खोआ कढ़िया सी इत्थे, पर चूल्हा असी नहीं चक्या। वो इत्थे ना चूल्हे ते दो जनी रोक ला देने चूल्हा, इत्थे सारे जने आले दुआले बह जाते हैं बचाले खुली जगह ते। कल नूं खोआ कढ़ना होर, ते हुण चल भी है ना लोहड़ी दा संधारे दा कम नबेड़ी दिंदे। हुण तां लोहड़ी च थोड़े दिन रहे, फिर तुहानूं पता ही है हुण सारे बच्चों नूं छुट्टियां ने, फिर छुट्टियां खत्म हो जाणगियां लोहड़ी वेले। ते जिहड़ियां भैणां दे सहुरे दूर ने, थोड़ा जिहा ना उह आपदे भाईआं नूं कहण वी लोहड़ी तों बाहर आउण, क्योंकि ना धुंदा धारी साड़ तां खेत वांगू ही जाणा। ते जिहे खेत जाए, जिहे जामणी कोल जाए, जिहड़ी साडी भूआ दूर वाली उहदे कोल असीं धुप्पां पईआं तों 15 दिनां नूं जावांगे, क्योंकि हुण धुंद बहुत है। देखो बरनाले किन्ना नुकसान हो गया, बठिंडे बहुत नुकसान हो गया, गड्डियां फुट गईयां। ते जिहड़ियां भैणां ने भी आउणगे, तुसीं उहनां नूं पहली कह दो भी सानूं धुंदा हट्टियां तों आयो, बहुत नुकसान हो जांदा जी है ना। ते दो दिन मांगणों पहलां, ते चलो हुणा विहार हुंदा भैणां भाईआं दा हुंदा गा, ते थोड़ा जिहा आपां धुंद दा बचा रखीए, जिथे उत्थे जाओ जिथे जमी नहीं सरदा। ਅਤੇ ਧੁੰਦ ਬਹੁਤ ਪੈਂਦੀ, ਕੁਛ ਨਹੀਂ ਦੀਂਦਾ ਹੈਗਾ। ਅਤੇ ਵਿਚਾਰਾ ਅੱਜ ਕੱਲ੍ਹ ਇੰਨੀ ਠੰਡ 'ਚ ਧੁੰਦ 'ਚ ਕੋਈ ਨਿਕਲਦਾ ਵੀ ਬਹੁਤ ਘੱਟ ਹੈ, ਅਨਸਾਰ ਦਿਨ ਨਿਕਲਦਾ ਬਸ ਥੋੜ੍ਹਾ ਜਿਹਾ, ਜਿਨ੍ਹਾਂ ਨੇ ਸੰਧਾਰੇ ਦੇਣੇ ਨਾ ਧੁੱਪਾਂ ਪਈਆਂ ਤੋਂ ਦਿਓ। ਅਤੇ ਭੈਣਾਂ ਨੂੰ ਵੀ ਪਤਾ, ਵੀਰਾਂ ਨੂੰ ਵੀ ਪਤਾ ਹੀ ਹੈ ਹੈ ਨਾ, ਧੁੰਦ ਬਹੁਤ ਪੈਂਦੀ ਹੈਗੀ। ਅਤੇ ਤਾਂ ਹੀ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ, ਵਧੀਆ ਕੀਤਾ ਅਤੇ ਸਰਕਾਰ ਨੇ ਛੁੱਟੀਆਂ ਕਰ ਦਿੱਤੀਆਂ। ਬਹੁਤ ਥਾਵੇਂ ਨੁਕਸਾਨ ਹੋ ਹੀ ਜਾਂਦੇ ਨੇ ਜੀ, ਤੁਹਾਨੂੰ ਵੀ ਪਤਾ ਹੀ ਹੈ, ਮੈਂ ਤਾਂ ਕੀ ਦੱਸਾਂ। ਅਤੇ ਆਪਾਂ ਨੇ ਸਵੇਰ ਦਾ ਖਾਣਾ ਦਾਣੇ ਦਾ ਕੰਮ ਨਿਬੇੜ ਲਿਆ। ਪਹਿਲਾਂ ਲਾਈਟ ਵੱਗ ਗਈ, ਅਤੇ ਮਸ਼ੀਨ ਹੁਣ ਚਲਾ ਕੇ ਆਈ ਹਾਂ। ਜਿਹੜਾ ਟਾਈਮ ਹੈ 10 ਵੱਜ ਗਏ, ਅਤੇ ਸਰਦਾਰ ਜੀਆਂ ਨੇ ਸਿੱਟਣ ਜਾਣਾ ਗਾ ਜੀ ਕਣਕ 'ਚ ਰੇਹ, ਦੂਜੇ ਪਾਣੀ ਦੀ ਤਿਆਰੀ ਹੈਗੀ। ਪਰ ਹਜੇ ਥੋੜ੍ਹਾ ਜਿਹਾ ਦੇਖਦੇ ਨੇ, ਠੰਡ ਘੱਟ ਜਾ ਘੱਟ ਜੇ ਤਾਂ ਜਾਈਏ, ਧੁੱਪ ਨਿਕਲਿਆ ਵੀ ਧੁੱਪ ਨਿਕਲਣ ਦਾ ਚਾਂਸ ਤਾਂ ਕੋਈ ਹੈ ਨਹੀਂ ਗਾ। ਊਂ ਅੱਜ ਧੁੰਦ ਨਹੀਂ ਹੈਗੀ, ਬੱਦਲਵਾਈ ਜੀ ਬਣੀ ਹੋਈ ਆ, ਹਲਕੀ ਹਲਕੀ ਹਵਾ ਚੱਲਦੀ ਹੈ, ਠੰਡ ਬਹੁਤ ਹੈਗੀ। ਠੰਡ ਦੇ ਹੁਣ ਦਿਨ ਨੇ, ਜੇ ਠੰਡ ਪਊ ਤਾਂ ਕਣਕ ਹੋਊ। ਸਵੇਰ ਦੀ ਆਪਾਂ ਰੋਟੀ ਖਾ ਲਈ ਹੈ ਗਾਜਰਾਂ ਦੀ ਸਬਜ਼ੀ ਨਾਲ, ਅਤੇ ਇਹ ਆਟਾ ਦੀ ਤਿਆਰੀ ਹੋ ਰਹੀ ਹੈ। ਮੈਂ ਸੇਕ ਵਿਹਲੇ ਕੀ ਕਰਦੇ ਹੈ ਨਾ, ਸੇਕ ਕੇ ਨੇ ਸੇਕ ਲਾਂਗੇ, ਨਹੀਂ ਤਾਂ ਮੇਥੀ ਮੇਥੇ ਵੱਢ ਕੇ ਲਿਆਈਆਂ। ਮੇਥੇ ਨਾ ਐਂ ਫਲੀਆਂ ਕੱਢਿਆ ਏ ਇਸ ਤਰ੍ਹਾਂ, ਐਂ ਡੂੰਗਣੇ ਪੈਣਗੇ ਇਹ ਡੂੰਗ ਕੇ। ਮੇਥੀ ਮੇਥੀ ਤਾਂ ਵਧੀਆ, ਮੇਥੇ ਡੂੰਗ ਕੇ, ਅਤੇ ਇੱਕ ਤਾਰੇ ਮੀਰੇ ਚੀਰਨੀ ਲਿਆਈ ਆ, ਵਿੱਚ ਪਾਲਕ ਪਾ ਲਾਂਗੇ, ਲੱਲੇ ਭੱਬੇ ਦੀ ਭੁਰਜੀ ਬਣ ਜੂਗੀ, ਦੋ ਆਲੂ ਪਾ ਲਾਂਗੇ ਭਾਜੀ, ਅਤੇ ਭਾਜੀ ਬਣ ਜੂਗੀ। ਸੇਕਣ ਦੇ ਨਾਲ ਹੀ ਕੰਮ ਆ ਬਈ। ਚਲੋ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਜੀ, ਪਹਿਲਾਂ ਆਪਾਂ ਮੇਥੇ ਡੂੰਗ। ਇੱਥੇ ਸਭ ਕੁਛ ਪਤਾ ਨਹੀਂ
ਮੈਂ ਬਾਤੀਆਂ ਲਾਇਆ ਮੈਂ ਜ਼ਿਆਦਾ ਇੰਨੇ ਥੋੜ੍ਹੀਆਂ ਨੇ। ਲਓ ਜੀ ਆਪਾਂ ਕੱਟਦੇ ਹਾਂ ਖੋਆ, ਕੱਲ੍ਹ ਕੱਢਿਆ ਸੀ ਅੱਜ ਕੱਟਦੇ ਹਾਂ, ਕੱਲ੍ਹ ਨੂੰ ਫਿਰ ਕੱਢਣਾ, ਕੱਲ੍ਹ ਕੱਲ੍ਹ ਨੂੰ ਆਉਣੀ ਦਾ ਕੋਈ ਨੀ ਕਿਸੇ ਨੂੰ ਦਿੰਦਾ ਹੈ ਨਾ। ਚੁੱਲੇ ਮੂਰੇ ਨਾ ਸਰਦਾ ਹੀ ਨਾ, ਤੂੰ ਆਈ ਅੰਦਰ ਹੋਰ ਬੈਠੇ ਬਿਨਾ ਪਤਾ ਨਹੀਂ ਕਿਵੇਂ ਦਾ ਬਣਿਆ, ਵਧੀਆ ਬਣਿਆ ਉਹ। ਕੱਲ ਅਸੀਂ ਗਰਮ ਗਰਮ ਜੋਰ ਖਾ ਲਿਆ, ਉਹਦੇ ਬਾਅਦ ਜਮਾਤ ਆ, ਬਸ ਮੁੜ ਕੇ ਕੱਟਣ ਦਾ ਟਾਈਮ ਹੀ ਨਹੀਂ ਲੱਗਦਾ। ਇੱਕ ਤਾਂ ਕੰਮ ਦੇ ਦਿਨ ਜਾਉਦੀ, ਇੱਕ ਤਾਂ ਤੁਹਾਨੂੰ ਪਤਾ ਨਹੀਂ ਦਿਨ ਚੜ੍ਹ ਗਿਆ ਸਿੱਪ ਗਿਆ, ਚੜ੍ਹ ਗਿਆ ਸਿੱਪ ਗਿਆ। ਲਓ ਜੀ ਆਪਾਂ ਇੱਧਰ ਲਾਉਣਿਆਂਗੇ ਤੜਕਾ, ਜੀਰਾ ਗਰਮ ਹੋ ਗਿਆ, ਇਹਦੇ ਵਿੱਚ ਪਾ ਤਾ ਆਪਾਂ ਤੇਲ ਗਰਮ ਹੋ ਗਿਆ, ਇਹਦੇ ਵਿੱਚ ਪਾ ਤਾ ਆਪਾਂ ਜੀਰਾ, ਜੀਰੇ ਦੇ ਨਾਲ ਹੀ ਆਪਾਂ ਪਾਵਾਂਗੇ ਪਿਆਜ, ਲਸਣ, ਅਦਰਕ, ਹਰੀ ਮਿਰਚ, ਇਹਨੂੰ ਭੁੰਨਾਂਗੇ। ਇਹ ਹੈਗਾ ਜੀ ਹਾਂ ਸਾਫ ਹੀ ਰਹੇ, ਅਤੇ ਇਹਨੂੰ ਆਪਾਂ ਉੱਧਰੋਂ ਆਇਆ ਨਵੀਂ ਕਣਕ ਸਾਗ ਬਣਾ ਕੇ ਸਾਗ ਨੂੰ ਲਾਵਾਂਗੇ। ਆ ਜਾਓ ਜੀ ਹੁਣ ਚੁੱਲ੍ਹੇ ਵੱਲ ਲੱਕੀ ਤਾਂ ਰੱਖਿਆ ਉੱਧਰ, ਚੁੱਲ੍ਹੇ ਵੱਲ ਲਓ ਤੁਸੀਂ ਦੇਖ ਹੀ ਲਓ। ਇਹ ਖੋਆ ਕੱਟਿਆ ਸੀ ਇਹ ਟਰੇ 'ਚੋਂ, ਮੈਂ ਨਾ ਇਹਦੇ ਵਿੱਚ ਮਸ਼ੀਨ ਧਰ ਕੇ ਆਪਣੀ ਭਾਜੀ ਕੱਟ ਲਈ, ਮੇਥੇ, ਹਾੜ, ਤਾਰਾ ਮੀਰਾ, ਪਾਲਕ ਅਤੇ ਮੇਥੀ ਸਾਰੇ ਤਰ੍ਹਾਂ ਦੀ ਭੁਰਜੀ ਇੱਧਰ ਆ ਕੇ ਮਚਾ ਰੱਖੀ ਆ। ਉਹ ਚੁੱਲ੍ਹੇ ਤੋਂ ਉਹਨੂੰ ਕਿਹਾ ਸੁਖਮਨ ਨੂੰ ਵੀ ਉੱਥੇ ਝਾੜੂ ਲਾ ਕੇ ਸਫਾਈ ਕਰ ਦੇ, ਚੱਕ ਚੱਕ ਕਰ ਦੇ ਉੱਥੇ, ਉੱਥੇ ਸਾਰੀ ਸਾਰੀ ਮੈਂ ਉਹਦੇ ਅੱਗ ਨੂੰ ਚਾ ਲਈ। ਅੱਜ ਧੁੱਪ ਨਿਕਲਿਆ ਜੀ, ਵਧੀਆ ਹੋ ਗਿਆ ਕੱਪੜਾ ਵੀ, ਤਾਂ ਸੁੱਕ ਜੂਗਾ ਬਹੁਤ, ਜਿਹੜੇ ਚੁੱਲ੍ਹੇ ਕੱਪੜੇ ਬਹੁਤ ਪਸੰਦ। ਇਹਨੂੰ ਆਪਾਂ ਕੋਈ ਮਸਾਲਾ ਨਹੀਂ ਪਾਉਂਦੇ, ਕੁਛ ਨਹੀਂ ਪਾਉਂਦੇ, ਅਸੀਂ ਭੁੰਨਾਂਗੇ ਆਪਾਂ ਆਲੂ, ਮੇਥੀ ਸਾਰਾ ਕੁਛ ਇਕੱਠਾ ਪਾਉਣਾ। ਜੀਰਾ ਭੁੱਜ ਗਿਆ, ਤੇਲ ਪੱਕ ਗਿਆ ਆਪਣੇ, ਇਹ 'ਚ ਮੈਂ ਮਸ਼ੀਨ ਧਰ ਕੇ ਕੱਟ ਲਿਆ, ਤੇ ਇਹ ਵਿੱਚ ਆਸਰੇ ਤੋਂ ਆਪੀ ਧਰਦਾ ਭਾਜੀ ਹੈਗੀ ਤਾਂ ਥੋੜ੍ਹੀ ਹੋਈ ਆ, ਉਹ ਫੁੱਲ ਬੀਜੀ ਲੱਗਦੀ ਆ ਵਿੱਚ ਨਾ, ਆਲੂ ਜ਼ਿਆਦਾ ਵਧੀਆ ਲੱਗਦੇ ਨੇ ਤਾਂ ਹੀ ਮੈਂ ਆਲੂ ਵੱਧ ਪਾ ਲਈ, ਭਾਜੀ ਥੋੜ੍ਹੀ ਹੋਈ। ਮੱਝਾਂ ਬਣਾਉਣੀ, ਮੈਂ ਸਰਦਾਰ ਜੀਆਂ ਦੀ ਚਾਹ ਬਣਾਈ ਪਈ, ਆਏ ਨਹੀਂ ਹੈਗੇ, ਰੇਹ ਸਿੱਟਣਾ ਗਏ ਹੋਏ ਨੇ। ਚੰਗੀ ਤਰ੍ਹਾਂ ਭੁੰਨਾਂਗੇ, ਮਿਰਚਾਂ ਅਸੀਂ ਵੱਧ ਖਾਂਦੇ ਹਾਂ, ਹਰੀਆਂ ਹਰੀਆਂ ਘੱਟ ਖਾਂਦੇ ਹਾਂ, ਕੜਕੇ ਖਾਸੀਆਂ ਝਾਰੀ ਮਿਰਚਾਂ ਜੀ, ਮੈਂ ਥੋੜ੍ਹੀ ਜਿਹੀ ਲਾਲ ਪਾ ਲਾਂਗੀ। ਖੁਸ਼ਨਾ ਇਹ 'ਚੋਂ ਕੜਛ ਭਰ ਕੇ ਉਹ 'ਚ ਪਾ ਦੂੰਗੀ ਸਬਜ਼ੀ 'ਚ, ਮਿਰਚਾਂ ਭੁੱਜਦੀਆਂ ਤਾਂ ਚੜ੍ਹਦੀ ਹਰੀਆਂ ਵਿੱਚ ਕੱਟੀਆਂ ਹੋਈਆਂ।
ਚਲੋ ਜੀ ਬੱਕ ਜਾਂ ਤਾਂ ਸਾਰਾ ਸਮਾਨ ਫਿਰ ਮਿਲਦੇ ਆ ਬਾਣੀ ਵਾਲਾ ਕੰਮ ਹੋ ਗਿਆ ਤਾਂ ਆ ਇੰਨਾ ਕੋਦਰ ਪਾ ਲਉਂਨੇ ਆਪਾਂ ਫੁਰਜੀ ਤੇ ਚਾਹ ਫੜਾਵਾਂ ਤੁਹਾਨੂੰ ਦੱਸ ਦੱਸ ਖੋਆ थोड़ी जी दाल मिर्च बस मिर्च ज्यादा खा लिया तां चढ़ गई हरिया मिर्चा लो जी फिर आप खाने वेले गर्म कर लेंगे तड़का घेरा लग गया थोड़ा जहा पानी पा देने सरदार जी भी आ गए खेतों तो इन्हें चाह फड़ा गा ठंडी हो गई उपर तो गर्म करूंगी गर्म कर लो तू तो चाह भून ढाली थी आज ध्यान कराया कर कौड़ी च खोआ पा लिया तो डैडी हूँ लून मिर्च पा देवे ये स्वाद अनुसार फिर मिल जाए जी आप चाह पानी फड़ा दीए नहीं उधर साफ सफाई अजय कर दीए ये लून मिर्च पा दीए आप बाद च मिल लो जी अपने सरदार जी ने चाह दे दी है सब्जी भी बन गई तो अपनी साग में तड़का भी ला दिता है तो हूँ बस मज्जा ना लोहड़ी वाले ने हूँ जी असी मैं जानी हाँ मज्जा बनन तो चाह वाले भांडे मांज के अपना इत्थे करदे आं वीडियो दा एंड मिलांगे कल नूं जे चैनल ते पहली बार हो तां चैनल नूं सबसक्राइब जरूर कर लियो ते वीडियो लाइक जरूर कर दियो लाइक बहुत घट आउंदे ने जी ते भैणां वीडियो देख लैंदे ने लाइक वाला बटन भुल जांदे ने दब्बण ते देसी बंदे देसी गल्लां जरूर अपना पेज लाइक करियो ते मिलांगे कल नूं किसी नवी वीडियो नाल वाहिगुरू तंदुरुस्ती रखे सब का भला करे कल नूं फिर आपां कम करके खोआ कढ़ना तां ही इस करके मैं साग नूं तड़का लाता फिर कल नूं सारा दिन खोए ते लै जाणा जदों आपां खोआ कढ़न लग जाणे ते हुण भाजी खावांगे कल नूं साग तड़के रखता खा लवांगे करदे आं वीडियो दा एंड मिलांगे कल नूं किसी नवीं वीडियो नाल वाहिगुरू जी का खालसा श्री वाहिगुरू जी की फतेह।